ਅਮਰਤਾ ਪ੍ਰੀਤਮ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ ਇੱਕ ਦੀਵਾ ਜਦੋਂ ਨਿੱਕਾ ਜਿਆ ਸੀ ਉਹਦੇ ਮਾਪਿਓ ਉਹਨੂੰ ਰਤੂ ਬੁਲਾਉਂਦੇ ਸਨ ਜਦੋਂ ਉਹਨੇ ਸਕੂਲ ਵਿੱਚ ਨਾਮਾ ਲਿਖਵਾਇਆ ਉਹਦੇ ਉਸਤਾਦ ਉਹਨੂੰ ਰਤਨ ਬਣਾਉਣ ਲੱਗ ਪਏ ਜਦੋਂ ਉਹ 8ਵੀਂ ਜਮਾਤੇ ਚੜ੍ਹਿਆ ਉਹਦੇ ਯਾਰ ਬੇਲੀ ਉਹਨੂੰ ਰਤਨ ਸਿੰਘ ਕਹਿਣ ਲੱਗ ਪਏ ਤੇ ਜਦੋਂ ਉਹਨੇ ਸਕੂਲ ਵਿੱਚੋਂ ਨਾਮਾ ਕਟਵਾ ਲਿਆ ਸਾਰਾ ਪਿੰਡ ਉਹ ਨੂੰ ਪਾਲਕਾ ਪਾਈ ਆਖਣ ਲੱਗ ਪਿਆ ਆਖਦੇ ਨੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਆਪਣੇ ਲਾਮ ਲਸ਼ਕਰ ਨਾਲ ਕਿਤੇ ਜਾਂਦਾ ਪਿਆ ਸੀ ਇਸ ਪਿੰਡ ਵਿੱਚ ਪਹੁੰਚ ਕੇ ਉਹਨੂੰ ਰਾਤ ਪੈ ਗਈ ਖੇਮੇ ਗੱਡੇ ਗਏ ਤੜਕਸਾਰ ਜਦੋਂ ਮਹਾਰਾਜੇ ਨੇ ਨਿਤ ਨੇਮ ਕਰਨ ਲਈ ਗੁਰਦੁਆਰੇ ਦਾ ਪਤਾ ਪੁੱਛਿਆ ਤਾਂ ਪਤਾ ਲੱਗਾ ਇਸ ਪਿੰਡ ਵਿੱਚ ਗੁਰਦੁਆਰਾ ਨਹੀਂ ਸੀ ਤਲਵੰਡੀ ਕੁਮਰਾ ਏਡਾ ਚੜਦਾ ਪਿੰਡ ਤੇ ਪਿੰਡ ਵਿੱਚ ਗੁਰਦੁਆਰਾ ਕੋਈ ਨਹੀਂ ਤੇ ਮਹਾਰਾਜੇ ਨੇ ਇੱਕ ਬੀਬੇ ਜੇ ਸਰਦਾਰ ਨੂੰ ਕੁਝ ਭੋਏ ਸੌਂਪ ਦਿੱਤੀ ਤਾਂ ਕਿ ਇੱਕ ਹਿੱਸੇ ਵਿੱਚ ਉਹ ਗੁਰਦੁਆਰੇ ਦੀ ਸਥਾਪਨਾ ਕਰੇ ਤੇ ਬਾਕੀ ਦੇ ਵਿੱਚ ਵਾਹੀ ਖੇਤੀ ਕਰਕੇ ਉਤਲੇ ਖਰਚ ਸਾਰ ਲਵੇ ਇਹ ਬਾਲਕਾ ਭਾਈ ਉਸੇ ਬੀਬੇ ਸਰਦਾਰ ਦੇ ਵੰਸ਼ ਵਿੱਚੋਂ ਸੀ ਗੁਰਦੁਆਰੇ ਨਾਲ ਲੱਗਦੀ ਜ਼ਮੀਨ ਬਹੁਤੀ ਨਹੀਂ ਸੀ ਇਸ ਲਈ ਇਸ ਬਾਲਕੇ ਭਾਈ ਦੇ ਪਿਓ ਨੇ ਕੁਝ ਦਿਨਾਂ ਲਈ ਆਪਣੀ ਥਾਂ 'ਤੇ ਇੱਕ ਬੰਦੇ ਨੂੰ ਬਿਠਾ ਦਿੱਤਾ ਤੇ ਆਪ ਉਹਨੇ ਬਾਰ ਵਿੱਚ ਕੁਝ ਮਰੱਭੇ ਖਰੀਦ ਲੈ ਸਨ ਇਹਨਾਂ ਮਰੱਭਿਆਂ ਵਿੱਚੋਂ ਉਹਨੂੰ ਚੰਗਾ ਲਾਹਾ ਹੋਣ ਲੱਗ ਪਿਆ ਸੀ ਉਹਨੇ ਸੋਚਿਆ ਅਜੇ ਕੁਝ ਵਰੇ ਉਹ ਬਾਰ ਵਿੱਚ ਹੀ ਕੱਟ ਲਵੇਗਾ ਪਰ ਪਿੰਡੋਂ ਨੂੰ ਖਬਰ ਪਹੁੰਚੀ ਕਿ ਆਪਣੀ ਥਾਂ 'ਮੇ ਉਹ ਜਿਹੜੇ ਬੰਦੇ ਨੂੰ ਆਪਣਾ ਕਾਰਜ ਸੌਂਪਾਇਆ ਸੀ ਉਹ ਉਸ ਪਦਵੀ ਨੂੰ ਨਿਵਾਉਣ ਦੇ ਯੋਗ ਨਹੀਂ ਸੀ ਬੁੱਢੇ ਬੀਬੇ ਭਾਈ ਦੀਆਂ ਅੱਖਾਂ ਭਾਰੀਆਂ ਸਨ ਉਹਨੇ ਆਪਣੇ ਦੋਹਾਂ ਵੱਡੇ ਪੁੱਤਰਾਂ ਨੂੰ ਆਖਿਆ ਕਿ ਇੱਕ ਜਣਾ ਪਿੰਡ ਜਾ ਕੇ ਕਾਰਜ ਨੂੰ ਸੰਭਾਲ ਲਵੇ ਇਹ ਧਰਮ ਦੀ ਮਰਿਆਦਾ ਦਾ ਸਵਾਲ ਸੀ ਇਹ ਸਾਰੇ ਪਿੰਡ ਦੀਆਂ ਨੋਹਾਂ ਧੀਆਂ ਦੀ ਪੱਤ ਦਾ ਸਵਾਲ ਸੀ ਦੋਹਾਂ ਜਵਾਨ ਪੁੱਤਰਾਂ ਦੀਆਂ ਅੱਖਾਂ ਵਿੱਚ ਬਾੜ ਦੀ ਮੋਟੀ-ਮੋਟੀ ਕਣਕ ਝੋਮਦੀ ਪਈ ਸੀ ਬਾੜ ਦੀ ਚਿੱਟੀ-ਚਿੱਟੀ ਕਪਾਹ ਖੜਦੀ ਪਈ ਸੀ ਇਸ ਲਈ ਉਹਨਾਂ ਨੇ ਅਸਲੋਂ ਨਾ ਕਰ ਦਿੱਤੀ ਸੀ ਤੇ ਬੁੱਢੇ ਬੀਬੇ ਭਾਈ ਨੇ ਆਪਣੇ ਸਭ ਨਾਲ ਤੋਂ ਨਿੱਕੇ ਪੁੱਤਰ ਨੂੰ ਸਕੂਲੋਂ ਹਟਾ ਕੇ ਤਲਵੰਡੀ ਕੁੰਮਰਾਂ ਪੇਜ ਦਿੱਤਾ ਸੀ ਇੰਜ ਇਹ ਨਿੱਕਾ ਮੁੰਡਾ ਜਿਹਨੇ ਰਤੂ ਤੋਂ ਰਤਨ ਸਿੰਘ ਬਣਦਿਆਂ 14-15 ਵਰੇ ਲਾਏ ਸਨ ਇੱਕੋ ਦਿਨ ਵਿੱਚ ਬਾਲਕਾ ਭਾਈ ਬਣ ਗਿਆ ਤੇ ਇਸ ਬਾਲਕੇ ਭਾਈ ਨੇ ਜਦੋਂ ਪ੍ਰভাত ਵੇਲੇ ਗੁਰਦੁਆਰੇ ਨੂੰ ਝਾੜ ਪਹੁੰਚ ਕੇ ਆਪਣੀ ਕੂੜੀ ਜਿਹੀ ਮਿੱਠੀ ਜਿਹੀ ਆਵਾਜ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਵਾਕ ਲਿਆ ਧਰਮ ਦੀ ਮਰਿਆਦਾ ਆਪਣੇ ਪੈਰਾਂ ਉੱਤੇ ਖਲੋ ਗਈ ਪਿੰਡ ਦੀਆਂ ਨੋਹਾਂ ਧੀਆਂ ਦੀ ਸ਼ਰਦਾ ਫੇਰ ਗੁਰਦੁਆਰੇ ਮੋੜਾਈ ਪਿੰਡ ਦੀਆਂ ਤੀਵੀਆਂ ਨਾਲੇ ਬਾਲਕੇ ਭਾਈ ਦੇ ਸਿਰ ਉੱਤੇ ਪਿਆਰ ਦਿੰਦੀਆਂ ਨਾਲੇ ਉਹਦੀ ਚਰਨ ਧੂੜ ਲੈ ਲੈਂਦੀਆਂ ਕੋਈ ਸਵੇਰ ਨੂੰ ਦੁੱਧ ਦਾ ਕਟੋਰਾ ਲੈ ਆਉਂਦੀ ਕੋਈ ਦੁਪਹਿਰਾਂ ਨੂੰ ਲੱਸੀ ਦਾ ਛੰਨਾ ਲੈ ਆਉਂਦੀ ਜਿਹੜੀ ਤੀਮੀ ਆਪਣੇ ਘਰ ਕੋਰਾ ਘੜਾ ਲਾਉਂਦੀ ਪਾਣੀ ਦਾ ਪਹਿਲਾ ਕੌਲ ਉਹ ਬਾਲਕੇ ਭਾਈ ਦੇ ਮੂੰਹ ਲਵਾਉਂਦੀ ਤੇ ਉਹਨੂੰ ਯਕੀਨ ਹੁੰਦਾ ਕਿ ਹੁਣ ਸਾਰਾ ਹੁਨਾਲਾ ਉਹਦੇ ਘੜੇ ਦਾ ਪਾਣੀ ਠੰਡਾ ਰਹੇਗਾ ਜਿਹੜੀ ਤੀਮੀ ਸਿਆਲ ਵਿੱਚ ਮਾਂ ਦੀ ਦਾਲ ਦੀਆਂ ਪਿੰਨੀਆਂ ਬਣਾਉਂਦੀ ਉਹ ਪਹਿਲੀ ਪਿੰਨੀ ਬਾਲਕੇ ਭਾਈ ਦੇ ਮੂਹ ਲਵਾਉਂਦੀ ਤੇ ਉਹਨੂੰ ਭਰੋਸਾ ਹੁੰਦਾ ਹੁਣ ਸਾਰਾ ਬਰਾ ਉਹਦੇ ਕਰ ਬਰਕਤ ਰਹੇਗੀ ਜਿਹੜੇ ਕਰ ਸਗਨਾ ਦੀ ਪੱਠੀ ਧਰਿੰਦੀ ਉਹ ਬੰਦਾ ਮਠਿਆਈ ਦੇ ਪਹਿਲੇ ਪੂਰ ਵਿੱਚੋਂ ਇੱਕ ਤਾਸੀ ਭਰ ਕੇ ਬਾਲਕੇ ਭਾਈ ਦੇ ਅੱਗੇ ਜਾ ਤਰਦਾ ਤੇ ਉਹਨੂੰ ਵਿਸ਼ਵਾਸ ਹੁੰਦਾ ਕਿ ਉਹਦਾ ਕਾਰਜ ਸੰਪੂਰਨ ਹੋਵੇਗਾ ਜੇ ਕਿਸੇ ਤੀਮੀ ਦੇ ਬੱਚੇ ਨੂੰ ਤਾਪ ਚੜਦਾ ਉਹ ਕਬਰੀ ਕਬਰੀਆ ਕੇ ਬਾਲਕੇ ਪਾਈ ਨੂੰ ਮਿਹਨਤ ਪਾਉਂਦੀ ਕਿ ਉਹ ਸੁੱਚੇ ਮੂੰਹ ਪ੍ਰভাত ਵੇਲੇ ਮਹਾਰਾਜ ਦਾ ਬਾਗ ਲਵੇ ਤੇ ਉਹਨੂੰ ਦੱਸੇ ਕਿ ਵਾਕ ਚੰਗਾ ਆਇਆ ਹੈ ਕਿ ਨਹੀਂ ਬਾਲਕਾ ਪਾਈ ਜਦੋਂ ਮਿੱਠੀ ਜੀ ਜ਼ੁਬਾਨ ਨਾਲ ਆਖਦਾ ਕਿ ਮਾਤਾ ਜੀ ਮਹਾਰਾਜ ਦਾ ਵਾਕ ਹਮੇਸ਼ਾ ਚੰਗਾ ਹੁੰਦਾ ਹੈ ਮਹਾਰਾਜ ਦਾ ਵਾਕ ਕਦੇ ਮਾੜਾ ਨਹੀਂ ਹੁੰਦਾ ਉਸ ਤੀਵੀ ਦਾ ਮਨ ਖਲੋ ਜਾਂਦਾ ਤੇ ਉਹਦਾ ਪੁੱਤਰ ਰਾਜੀ ਹੋ ਜਾਂਦਾ ਹਾੜੀ ਸੋਣੀ ਜਦੋਂ ਦਾਣੇ ਘਰ ਆਉਂਦੇ ਲੋਕ ਪਹਿਲੀ ਥਾਲੀ ਭਰ ਕੇ ਬਾਲਕੇ ਪਾਈ ਦੇ ਅੱਗੇ ਜਾ ਧਰਦੇ ਤੇ ਫੇਰ ਮੀ ਵੇਲੇ ਸਰ ਪੈ ਜਾਂਦੇ ਪੈੜੀਆਂ ਵੇਲੇ ਸਰ ਵੀਜੀਆਂ ਜਾਂਦੀਆਂ ਬਾਲਕੇ ਪਾਈ ਦਾ ਮੂੰਹ ਏਡਾ ਬੀਬਾ ਸੀ ਅੱਖ ਏਡੀ ਸ਼ਰਮੇਲੀ ਸੀ ਆਵਾਜ਼ ਏਡੀ ਸੁਰੇਲੀ ਸੀ ਕਿ ਲੋਕਾਂ ਦਾ ਜੀ ਕਰਦਾ ਉਹ ਇੱਕ ਭੋਗ ਪਵਾਉਣ ਤੇ ਇੱਕ ਭੋਗ ਰਖਵਾ ਦੇਣ ਤੀਵੀਆਂ ਉਂਗਲਾਂ ਉੱਤੇ ਦਿਨ ਗਿਣਦੀਆਂ ਰਹਿੰਦੀਆਂ ਕਿ ਅਗਲੀ ਮੱਸੀਆ ਕਦੋਂ ਆਵੇਗੀ ਅਗਲੀ ਸੰਗਰਾਮ ਕਦੋਂ ਆਵੇਗੀ ਅਗਲਾ ਗੁਰਪੁਰਬ ਕਦੋਂ ਆਵੇਗਾ ਜਦੋਂ ਉਹ ਬਾਲਕੇ ਪਾਈ ਨੂੰ ਆਪਣੇ ਚੌਂਕੇ ਵਿੱਚ ਬਿਠਾ ਕੇ ਉਹਦੇ ਲਈ ਇੱਕ ਥਾਲੀ ਪਰੋਸਣਗੀਆ ਇੱਕ ਵਾਰ ਕਿਸੇ ਦਾ ਪਿਓ ਮਰ ਗਿਆ ਉਹਦੀ ਇੱਕੋ ਹੀ ਇੱਛਾ ਸੀ ਕਿ ਉਹ ਪਾਠ ਧਰਵਾਏ ਤੇ ਬਾਲਕਾ ਪਾਈ ਉਹਦੇ ਘਰ ਆਣ ਕੇ ਉਹਦਾ ਭੋਗ ਪਾਏ ਬਾਲਕੇ ਪਾਈ ਦਾ ਨਿੱਕਾ ਜਿਹਾ ਮਨ ਕਿਰਨ ਲੱਗ ਪਿਆ ਤੇ ਉਹਨੇ ਇੱਕੋ ਹੀ ਹੱਥ ਫੜ ਲਿਆ ਕਿ ਉਹਨੇ ਇਹ ਪਾਠ ਨਹੀਂ ਰੱਖਣਾ ਇਸ ਪਾਠ ਦਾ ਭੋਗ ਨਹੀਂ ਪਾਉਣਾ ਸਰਦਾਰ ਲੁਦੀਆ ਅੱਖਾਂ ਭਾਰ ਆਈਆਂ ਉਹਨੇ ਬਾਲਕੇ ਭਾਈ ਦੇ ਪੈਰ ਫੜ ਲਏ ਬਾਲਕੇ ਭਾਈ ਜਦੋਂ ਆਪਣੀ ਕੋਠੜੀ ਵਿੱਚ ਆਇਆ ਉਹ ਰੋਣ ਲੱਗ ਪਿਆ ਉਹਨਾਂ ਦਿਨਾਂ ਵਿੱਚ ਇੱਕ ਰਮਤਾ ਸਾਧੂ ਗੁਰਦੁਆਰੇ ਠਹਿਰਿਆ ਹੋਇਆ ਸੀ ਉਹਨੇ ਬਾਲਕੇ ਭਾਈ ਦਾ ਮੂੰਹ ਸਿਰ ਚੁੰਮਿਆ ਤੇ ਬਾਲਕੇ ਭਾਈ ਦਾ ਮਨ ਫਿਸ ਪਿਆ ਕਿ ਕਈ ਲੋਕ ਮਰ ਕੇ ਭੂਤ ਪ੍ਰੇਤ ਬਣ ਜਾਂਦੇ ਹਨ ਜਿਉ ਮਰਨ ਵਾਲੇ ਦੇ ਘਰ ਪਾਠ ਕਰਨ ਗਿਆ ਤਾਂ ਖਬਰੇ ਉਹਨੂੰ ਕੋਈ ਭੂਤ ਪ੍ਰੇਤ ਹੀ ਚੰਬੜ ਜਾਏ ਰਮਤੇ ਸਾਧੂ ਨੇ ਬਾਲਕੇ ਭਾਈ ਨੂੰ ਬੜਾ ਪਿਆਰ ਕੀਤਾ ਤੇ ਸਮਝਾਇਆ ਕਿ ਜਿਹੜੀ ਥਾਂਵੇਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਉਸ ਥਾਂਵੇਂ ਕਿਸੇ ਭੂਤ-ਪ੍ਰੇਤ ਜਾਂ ਚੋੜੇਲ ਦੀ ਮਜਾਲ ਨਹੀਂ ਹੁੰਦੀ ਕਿ ਉਹ ਆ ਸਕੇ ਸੱਚਮਚ ਬਾਲਕਾ ਭਾਈ ਅਥਰੂ ਪਹੁੰਚ ਕੇ ਖਲੋ ਗਿਆ ਤੇ ਉਹਨੇ ਉਸ ਘਰ ਦਾ ਪਾਠ ਕਰਨਾ ਮੰਨ ਲਿਆ ਇੰਜ ਬਾਲਕੇ ਭਾਈ ਦੇ ਮਨ ਦੀ ਕੂਲੀ ਜੀ ਜ਼ਮੀਨ ਵਿੱਚ ਧਰਮ ਦੀਆਂ ਜੜਾਂ ਬੜੀਆਂ ਡੂੰਘੀਆਂ ਹੋ ਗਈਆਂ ਰੋਜ਼ ਪ੍ਰভাত ਵੇਲੇ ਬਾਲਕਾ ਭਾਈ ਜਪਜੀ ਸਾਹਿਬ ਪੜਦਾ ਰੋਜ਼ ਸਰਕਾਲਾ ਮਿਲਲੇ ਰਉ ਰਾਸ ਦਾ ਪਾਠ ਕਰਦਾ ਤੇ ਰੋਜ਼ ਦੁਪਹਿਰਾ ਮਿਲਲੇ ਉਹ ਕੋਈ ਨਾ ਕੋਈ ਪ੍ਰਸੰਗ ਪੜਦਾ ਜਪਜੀ ਆਦਿ ਜੁਗਾ ਦੀ ਚੀਜ਼ ਸੀ ਕਦੇ ਬਦਲ ਨਹੀਂ ਸਕਦੀ ਰਉ ਰਾਸ ਅਨਾਦੀ ਚੀਜ਼ ਸੀ ਕਦੇ ਵਟ ਨਹੀਂ ਸਕਦੀ ਪਰ ਪ੍ਰਸੰਗ ਇੱਕ ਐਸੀ ਚੀਜ਼ ਸੀ ਜਿਹਨੇ ਰੋਜ਼ ਨਮਿਆ ਹੋਣਾ ਹੁੰਦਾ ਸੀ ਜੇ ਇਸ ਪ੍ਰਸੰਗ ਵਿੱਚ ਸੂਰਜ ਪ੍ਰਕਾਸ਼ ਮੁੱਕਦਾ ਤਾਂ ਭਗਤ ਬਾਣੀ ਸ਼ੁਰੂ ਹੋ ਜਾਂਦੀ ਭਗਤ ਬਾਣੀ ਮੁੱਕਦੀ ਤਾਂ ਰਾਣਾ ਸੂਰਤ ਸਿੰਘ ਅਰੰਭਿਆ ਜਾਂਦਾ ਤੇ ਕਈ ਵਾਰ ਬੈਂਤ ਪੜੇ ਜਾਂਦੇ ਦੋਹੇ ਗਾਏ ਜਾਂਦੇ ਤੇ ਕਈ ਵਾਰ ਇੰਜ ਵੀ ਹੁੰਦਾ ਕਿ ਵਾਰਿਸ਼ਾ ਦੀ ਹੀਰ ਗਾਈ ਜਾਂਦੀ ਬਾਲਕੇ ਭਾਈ ਦਾ ਕੂੜਾ ਜਾਂ ਮਨ ਜਿਵੇਂ ਬੰਦ-ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ ਦੀ ਸ਼ਹੀਦੀ ਪੜਦਿਆਂ ਰੋ ਪੈਂਦਾ ਤੇਵੇਂ ਡੋਲੀ ਚੜਦੀ ਹੀਰ ਦੀਆਂ ਚੀਕਾਂ ਸੁਣਦਿਆਂ ਉਹਦਾ ਮਨ ਭਾਰ ਆਉਂਦਾ ਤੇ ਉਹਦੇ ਮਨ ਵਿੱਚ ਇਸ ਖਿਆਲ ਦੀ ਨੀ ਹੋਰ ਡੂੰਗੀ ਹੋ ਜਾਂਦੀ ਕਿ ਬੰਦੇ ਦਾ ਸਿਦਕ ਕਿਸਾਂ ਸਵਾਸ ਨਾਲ ਨਿਵਣਾ ਚਾਹੀਦਾ ਹੈ ਸੰਗਰਾਮ ਦਾ ਦਿਨ ਸੀ ਅੱਜ ਬਾਲਕਾ ਭਾਈ ਰੋਜ਼ ਨਾਲੋਂ ਸਵਖਤ ਤੇ ਉੱਠਿਆ ਉਹਨੇ ਖੂਹ ਵਿੱਚੋਂ ਪਾਣੀ ਦੀ ਗਾਗਰ ਕੱਢੀ ਤੇ ਇਸ਼ਨਾਨ ਕੀਤਾ ਚੁੱਲ੍ਹੇ ਵਿੱਚ ਲੱਕੜਾਂ ਬਾਲੀਆਂ ਤੇ ਪ੍ਰਸ਼ਾਦ ਤਿਆਰ ਕਰਕੇ ਪ੍ਰਾਤ ਵਿੱਚ ਪਾਇਆ ਰੋਜ਼ ਉਹ ਸੰਗਤ ਵਿੱਚ ਸਿਰਫ ਪਤਾਸਿਆਂ ਦਾ ਪ੍ਰਸ਼ਾਦ ਵੰਡਦਾ ਹੁੰਦਾ ਸੀ ਪਰ ਮੱਸਿਆ ਸੰਗਰਾਦ ਨੂੰ ਉਹ ਸੰਗਤ ਵਾਸਤੇ ਕੜਾ ਪ੍ਰਸ਼ਾਦ ਬਣਾਉਂਦਾ ਹੁੰਦਾ ਸੀ ਤੇ ਅੱਜ ਸੰਗਰਾਦ ਸੀ ਪਾਠ ਹੋਇਆ ਆਸਾ ਦੀ ਵਾਰ ਲੱਗੇ ਅਰਦਾਸ ਹੋਈ ਤੇ ਉਹ ਸੰਗਤ ਵਿੱਚ ਪ੍ਰਸ਼ਾਦ ਵੰਡਣ ਲੱਗ ਪਿਆ ਇੱਕ ਕੁੜੀ ਨੂੰ ਪ੍ਰਸ਼ਾਦ ਦੇਂਦਿਆਂ ਭੋਰਾਕ ਪ੍ਰਸ਼ਾਦ ਉਹਦੇ ਹੱਥੋਂ ਡਿੱਗ ਕੇ ਉਹਦੇ ਪੈਰ ਉੱਤੇ ਜਾ ਪਿਆ ਕੁੜੀ ਨੇ ਛੇਤੀ ਨਾਲ ਵਾਲ ਕੇ ਪਾਈਦੇ ਪੈਰ ਉੱਤੇ ਡਿੱਗਾ ਹੋਇਆ ਕਿਣਕਾ ਚੁੱਕ ਲਿਆ ਤੇ ਆਪਣੇ ਮੂੰਹ ਵਿੱਚ ਪਾ ਲਿਆ ਇਹ ਕੋਈ ਅਨੋਖੀ ਗੱਲ ਨਹੀਂ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਪ੍ਰਸ਼ਾਦ ਜੇ ਡਿੱਗ ਪਵੇ ਤਾਂ ਪੁੰਜੀਆਂ ਚੋੱਕ ਕੇ ਵੀ ਖਾ ਲੈਣਾ ਚਾਹੀਦਾ ਹੈ ਨੈਤਾ ਪ੍ਰਸ਼ਾਦ ਦੀ ਬੇਅਦਬੀ ਹੋ ਜਾਂਦੀ ਹੈ ਪਰ ਤਾਂ ਵੀ ਉਸ ਕੁੜੀ ਨੇ ਜਦੋਂ ਪ੍ਰਸ਼ਾਦ ਚੁੱਕਣ ਲਈ ਉਹਦੇ ਪੈਰ ਨੂੰ ਹੱਥ ਲਾਇਆ ਉਹਦੇ ਪੈਰ ਵਿੱਚੋਂ ਇੱਕ ਝੁੰਚਣੀ ਉੱਠੀ ਤੇ ਉ ਤਾਂ ਚੜਦੀ ਚੜਦੀ ਉਹਦੇ ਦਿਲ ਤੱਕ ਪਹੁੰਚ ਗਈ ਇਹ ਸੰਗਰਾਮ ਦਾ ਦਿਨ ਸੀ ਜਦੋਂ ਸਾਰਾ ਦਿਨ ਬਾਲਕੇ ਭਾਈ ਦੇ ਪਿੰਡੇ ਵਿੱਚ ਇਹ ਝੁੰਚਣੀ ਛਿੜੀ ਰਹੀ ਇਹ ਸੰਗਰਾਮ ਦੀ ਰਾਤ ਸੀ ਜਦੋਂ ਬਾਲਕੇ ਭਾਈ ਦੀ ਨੀਂਦਰ ਔਟੜ ਗਈ ਇਹ ਕੀ ਹੋ ਗਿਆ ਮੈਨੂੰ ਬਾਲਕੇ ਭਾਈ ਨੇ ਰਾਤ ਦੇ ਡੂੰਘੇ ਹਨੇਰੇ ਵਿੱਚ ਆਪਣੇ ਮਨ ਨੂੰ ਪੁੱਛਿਆ ਕੋਈ ਅਲੋਕਾਰ ਉਹਦੇ ਮਨ ਨੇ ਜਵਾਬ ਦਿੱਤਾ ਕਿ ਮੇਰੇ ਅੰਦਰ ਕੋਈ ਭੂਤ ਪ੍ਰੇਤ ਵੜ ਆਇਆ ਹੈ ਜਾਂ ਕੋਈ ਚੁੜੇਲ ਉਹਨੇ ਡਰ ਕੇ ਪੁੱਛਿਆ ਜਿੱਥੇ ਮਹਾਰਾਜ ਦਾ ਪਾਠ ਹੁੰਦਾ ਹੈ ਉੱਥੇ ਕੋਈ ਭੂਤ ਪ੍ਰੇਤ ਨਹੀਂ ਆ ਸਕਦਾ ਨਾ ਕੋਈ ਚੁੜੇਲ ਉਹਦੇ ਮਨ ਨੇ ਬੜੇ ਧੀਰਜ ਨਾਲ ਜਵਾਬ ਦਿੱਤਾ ਫਿਰ ਇਹ ਕੌਣ ਨੇ ਉਹਨੇ ਘਬਰਾ ਕੇ ਸਵਾਲ ਕੀਤਾ ਸ਼ਾਇਦ ਕੋਈ پری ਕੋਈ ਅpsra ਉਹਦੇ ਮਨ ਨੇ ਸ਼ਰਮਾ ਕੇ ਆਖਿਆ ਤੇ ਰਾਤ ਦੇ ਡੂੰਘੇ ਹਨੇਰੇ ਵਿੱਚ ਉਹਦੇ ਮਨ ਨੇ ਇੱਕ ਦੀਵਾ ਬਾਲ ਦਿੱਤਾ ਉਸ ਰਾਤ ਬਾਲਕੇ ਭਾਈ ਨੂੰ ਪਹਿਲੀ ਵਾਰ ਇੰਜ ਜਾਪਿਆ ਕਿ ਉਹਦੇ ਬਾਲੜੇ ਅੰਗਾਂ ਉੱਤੇ ਜਦੋਂ ਬਜ਼ੁਰਗੀ ਦਾ ਚੋਲਾ ਪਾ ਦਿੱਤਾ ਗਿਆ ਸੀ ਉਹ ਨਹੀਂ ਸੀ ਘਬਰਾਇਆ ਪਾਵੇਂ ਉਹ ਚੋਲਾ ਬੜਾ ਮੋਕਲਾ ਸੀ ਪਰ ਉਹਦੇ ਬਾਲੜੇ ਅੰਗਾਂ ਨੇ ਉਹਨੂੰ ਚੰਗੀ ਤਰ੍ਹਾਂ ਸੰਭਲਿਆ ਸੀ ਪਰ ਹੁਣ ਉਹਦੀ ਅਥਰੀ ਜਵਾਨੀ ਦੇ ਅੰਗਾਂ ਕੋਲੋਂ ਇਸ ਚੋਲੇ ਦੀਆਂ ਕੰਨੀਆਂ ਨਹੀਂ ਸਨ ਸਾਭ ਹੁੰਦੀਆਂ ਬਾਲਕੇ ਭਾਈ ਨੂੰ ਬਜ਼ੁਰਗੀ ਦੇ ਚੋਲੇ ਉੱਤੇ ਵੀ ਬੜਾ ਰੰਜ ਆਇਆ ਤੇ ਅਥਰੀ ਜਵਾਨੀ ਉੱਤੇ ਵੀ ਬੜਾ ਗੁੱਸਾ ਚੜਿਆ ਥੋੜੇ ਜਿਹੇ ਦਿਨ ਲੰਘੇ ਸਨ ਜਦੋਂ ਬਾਲਕੇ ਭਾਈ ਦਾ ਅਚਾਨਕ ਵੀਰੋ ਨਾਲ ਮੇਲ ਹੋ ਗਿਆ ਉਹੀ ਵੀਰੋ ਜਿਨੇ ਬਾਲਕੇ ਭਾਈ ਦੇ ਪੈਰ ਉਤੋਂ ਪ੍ਰਸ਼ਾਦ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਲਿਆ ਸੀ ਵੀਰੋ ਇੱਕ ਮਹਿਰੀ ਦੀ ਪੱਠੀ ਕੋਲ ਖਲੋ ਕੇ ਮੱਕੀ ਦੇ ਦਾਣੇ ਪਣਵਾ ਕੇ ਆਪਣੀ ਝੋਲੀ ਵਿੱਚ ਪਾਉਂਦੀ ਪਈ ਸੀ ਕਿ ਬਾਲਕਾ ਭਾਈ ਉਹਦੇ ਕੋਲੋਂ ਦੀ ਲੰਘਣ ਲੱਗਾ। ਉਹਨੇ ਝੋਲੀ ਵਿੱਚੋਂ ਫੁੱਲਿਆਂ ਦੀ ਇੱਕ ਮੁੱਠ ਪਾਰ ਕੇ ਉਹਦੇ ਅੱਗੇ ਧਰ ਦਿੱਤੀ। ਬਾਲਕੇ ਭਾਈ ਨੇ ਬੜਾ ਸੋਚਿਆ ਕਿ ਉਹ ਇਹ ਦਾਣੇ ਨਾ ਲਵੇ। ਪਰ ਜ਼ੋਰੀ ਉਹਦਾ ਬੁੱਕ ਅੱਗੇ ਹੋ ਗਿਆ ਤੇ ਉਹਨੇ ਵੀਰੋ ਕੋਲੋਂ ਏਡੀ ਸ਼ਰਦਾ ਨਾਲ ਉਹ ਦਾਣੇ ਲੈ ਲਏ ਜਿਵੇਂ ਕੋਈ ਦੋਹਾਂ ਹੱਥਾਂ ਵਿੱਚ ਪ੍ਰਸ਼ਾਦ ਲੈਂਦਾ ਹੈ। ਉਸ ਦਿਨ ਬਾਲਕੇ ਭਾਈ ਨੂੰ ਪਹਿਲੀ ਵਾਰ ਇਹ ਪਤਾ ਲੱਗਾ ਕਿ ਪੂਜੀ ਹੋਈ ਮੱਕੀ ਵਿੱਚੋਂ ਇਹੋ ਜਿਹੀ ਖੁਸ਼ਬੂ ਉੱਠ ਸਕਦੀ ਹੈ ਜਿਹਦੇ ਨਾਲ ਕਿਸੇ ਦਾ ਲੂੰ ਲੂੰ ਝੂਮ ਜਾਵੇ ਇੱਕ ਦਿਨ ਬਾਲਕਾ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਵਿੱਚ ਬਹਿ ਕੇ ਆਪਣੇ ਧਿਆਨ ਪਾਠ ਕਰਦਾ ਪਿਆ ਸੀ ਕਿ ਉਹਨੂੰ ਜਾਪਿਆ ਕੋਈ ਉਹਦੀ ਪਿੱਠ ਪਿੱਛੇ ਖਲੋ ਕੇ ਚੋਰ ਕਰਦਾ ਪਿਆ ਸੀ ਉਹ ਜਦੋਂ ਪਾਠ ਕਰਕੇ ਉੱਠਿਆ ਉਹਨੇ ਵੇਖਿਆ ਕਿ ਵੀਰੋ ਉਹਦੀ ਪਿੱਠ ਪਿੱਛੇ ਖਲੋਤੀ ਚੋਰ ਫੇਰਦੀ ਰਹੀ ਸੀ ਤੇ ਉਸ ਰਾਤ ਤੋਂ ਇੰਜ ਹੋ ਗਿਆ ਕਿ ਬਾਲ ਕਾ ਪਾਈ ਜਦੋਂ ਸੌਂਦਾ ਸੁਪਨੇ ਵਿੱਚ ਅਜੀਹਾ ਹੀ ਹੁੰਦਾ ਤੇ ਬਾਲ ਕੇ ਭਾਈ ਨੂੰ ਜਾਪਣ ਲੱਗ ਪਿਆ ਸੰਗਰਾਣ ਦੀ ਵਾਲੀ ਰਾਤ ਉਹਦੇ ਮਨ ਨੇ ਜੋ ਦੀਵਾ ਵਾਲਿਆ ਸੀ ਉਸ ਦੀਵੇ ਦੀ ਲੋ ਉੱਚੀ ਹੋ ਗਈ ਸੀ ਗੁਰਦੁਆਰੇ ਦੇ ਪਿਛਵਾੜੇ ਵੀਰੋ ਦੀ ਇੱਕ ਸਹੇਲੀ ਦਾ ਘਰ ਸੀ ਕਈ ਵਾਰ ਰਾਤ ਪਈ ਪਿੰਡ ਦੀਆਂ ਕੁੜੀਆਂ ਉੱਥੇ ਤਿਰੰਜਣ ਜੋੜਦੀਆਂ ਕੁੜੀਆਂ ਜਦੋਂ ਗੀਤ ਸ਼ੋਂਦੀਆਂ ਨਾਓ ਚਰਖੇ ਦੀ ਤੰਦ ਟੁੱਟਣ ਦੇਂਦੀਆਂ ਨਾ ਗੀਤ ਦੀ ਸੁਰ ਇਹ ਗੀਤ ਸੁਣਦਿਆਂ ਸੁਣਦਿਆਂ ਬਾਲਕੇ ਭਾਈ ਦੀ ਰਿਲੇਵ ਲੱਗ ਜਾਂਦੀ ਸੀ ਉਸੇ ਤਰ੍ਹਾਂ ਜਿਸ ਤਰ੍ਹਾਂ ਜਦੋਂ ਕਦੀ ਦਿਆਲ ਜੀ ਦੀ ਆਨੰਦ ਮੰਡਲੀ ਗੁਰਦੁਆਰੇ ਆਣ ਕੇ ਸ਼ਬਦ ਕੀਰਤਨ ਕਰਦੀ ਹੁੰਦੀ ਸੀ ਤਾਂ ਬਾਲਕੇ ਭਾਈ ਦੀ ਰਿਲੇਵ ਲੱਗ ਜਾਂਦੀ ਹੁੰਦੀ ਸੀ ਉਹ ਵਿਰੋਧੀ ਆਵਾਜ਼ ਪਛਾਣਦਾ ਸੀ ਜਿਸ ਤਰ੍ਹਾਂ ਵੀਰੋ ਚਰਖੇ ਦੀ ਤੰਦ ਲੰਬੀ ਕੱਢਦੀ ਸੀ ਉਸੇ ਤਰ੍ਹਾਂ ਉਹ ਗੀਤ ਦੀ ਸੁਰ ਉੱਚੀ ਚੁੱਕਦੀ ਸੀ ਇੱਕ ਦਿਨ ਉਹਲੇ ਵਲਾ ਕੇ ਵੀਰੋ ਦਾ ਗੀਤ ਸੁਣਦਾ ਪਿਆ ਸੀ ਕਿ ਅਚਾਨਕ ਉਹਨੂੰ ਜਾਪਿਆ ਜਿਵੇਂ ਸਭਨਾ ਕੁੜੀਆਂ ਦੀ ਆਵਾਜ਼ ਉਸ ਗੀਤ ਵਿੱਚ ਰਲ਼ੀ ਹੋਈ ਸੀ ਪਰ ਉਹਦੇ ਵਿੱਚੋਂ ਵੀਰੋ ਦੀ ਆਵਾਜ਼ ਨਿਕਲ ਗਈ ਸੀ ਪਤਾ ਨਹੀਂ ਕਿੱਥੇ ਉੱਠ ਕੇ ਤੁਰ ਗਈ ਸੀ ਤੇ ਬਾਲਕੇ ਭਾਈ ਦਾ ਜੀ ਖੀਰੂ ਖੀਰੂ ਹੋਣ ਲੱਗ ਪਿਆ ਫੇਰ ਉਹਦੀ ਕੋਠੜੀ ਦੀ ਬਾਰੀ ਖੜਕੇ ਇੱਕ ਵਾਰ ਖੜਕੇ ਦੂਸਰੀ ਵਾਰ ਖੜਕੇ ਤੇ ਬਾਲਕੇ ਭਾਈ ਨੇ ਜਦੋਂ ਬਾਰੀ ਵਿੱਚੋਂ ਬਾਹਰ ਵੇਖਿਆ ਬਾਹਰ ਵੀਰੋ ਖਲੋਤੀ ਹੋਈ ਸੀ ਉਹਨੇ ਜਦੋਂ ਆਪਣੇ ਬੂਹੇ ਦੀ ਕੁੰਡੀ ਖੋਲੀ ਉਹਨੂੰ ਚਾਪਿਆ ਅੱਜ ਉਹਦੀ ਕੋਠੜੀ ਵਿੱਚ ਵੀਰੋ ਨਹੀਂ ਸੀ ਆਈ ਤਰਿੰਜਣ ਵਿੱਚੋਂ ਇੱਕ ਗੀਤ ਉੱਠ ਕੇ ਆ ਗਿਆ ਸੀ ਤੇ ਉਹਦੀ ਅਥਰੀ ਜਵਾਨੀ ਦਾ ਜੀ ਕੀਤਾ ਕਿ ਉਹ ਆਪਣੇ ਗਲ ਵਿੱਚ ਪਏ ਹੋਏ ਬਜ਼ੁਰਗੀ ਦੇ ਚੋਲੇ ਨੂੰ ਧਰੂ ਕੇ ਲਾ ਦੇਵੇ ਉਹਦੀਆਂ ਸੋਚਾਂ ਠਿੱਠਕ ਗਈਆਂ ਉਹਨੂੰ ਖਿਆਲ ਆਇਆ ਨਹੀਂ ਅੱਜ ਉਹਦੀ ਕੋਠੜੀ ਵਿੱਚ ਵੀਰੋ ਨਹੀਂ ਸੀ ਆਈ 임티한 ਦਾ ਵੇਲਾ ਆ ਗਿਆ ਸੀ ਤੇ ਉਹਦੀ ਅਥਰੀ ਜਵਾਨੀ ਨੇ ਆਪਣੇ ਗੜ ਵਿੱਚ ਪਏ ਹੋਏ ਬਜ਼ੁਰਗੀ ਦੇ ਚੋੜੇ ਦੀਆਂ ਸੱਬੇ ਕੰਨੀਆਂ ਕੁੱਟ ਕੇ ਫੜ ਲਈਆਂ ਐਸ ਵੇਲੇ ਵੀਰੋ ਤੈਨੂੰ ਡਰ ਨਹੀਂ ਲੱਗਾ ਡਰ ਕੀ ਦੇ ਕੋਲੋਂ ਇਸ ਹਨੇਰੇ ਕੋਲ ਮੈਂ ਕੋਈ ਦੂਰੋਂ ਆਈ ਆ ਐ ਨਾਲ ਪਿਛਵਾੜਿਓਂ ਤਾਂ ਆਈ ਆ ਮੇਰੇ ਕੋਲ ਵੀਰੋ ਨੇ ਇੱਕ ਵਾਰ ਨਜ਼ਰ ਭਰ ਕੇ ਬਾਲਕੇ ਭਾਈ ਦੇ ਮੂੰਹ ਵੱਲ ਵੇਖਿਆ ਤੇ ਫਿਰ ਇੱਕ ਹੌਕਾ ਭਰ ਕੇ ਉੱਚਪ ਹੋ ਗਏ ਤੈਨੂੰ ਡਰ ਨਹੀਂ ਲੱਗਦਾ ਪਰ ਮੈਨੂੰ ਡਰ ਲੱਗਦਾ ਏ ਕਿਹਦੇ ਕੋਲੋਂ ਸ਼ਾਇਦ ਆਪਣੇ ਆਪ ਕੋਲੋਂ ਇਸ ਵਾਰ ਵੀਰੋ ਹੱਸ ਪੇ ਤੇ ਆਖਣ ਲੱਗੀ ਐ ਲੈ ਫੜ ਮਰੁੰਡੇ ਮੈਂ ਅੱਜ ਸਾਰੀ ਦਿਹਾੜੀ ਦਾਣੇ ਪਨਾਉਂਦੀ ਰਹੀ ਆ ਗੁੜ ਘੋਲਦੀ ਰਹੀ ਆ ਕੁਝ ਮਰੁੰਡੇ ਮੈਂ ਸਹੇਲੀਆਂ ਨੂੰ ਵੀ ਦੇ ਆਈ ਆ ਕੁਝ ਤੇਰੇ ਲਈ ਲਿਆਈ ਆ ਲੈ ਮੈਂ ਜਾਣੀ ਆ ਤੂੰ ਨਾਲੇ ਮਰੁੰਡੇ ਖਾਂਦਾ ਰੋ ਨਾਲੇ ਡਰਦਾ ਰੋ ਤੇ ਵੀਰੋ ਜਿੰਨੀ ਪੈਰੀ ਆਈ ਉਹਨੀ ਪੈ ਰੀ ਤੁਰ ਗਈ ਬਾਲਕੇ ਭਾਈ ਨੂੰ ਜਾਪਿਆ ਮਰੁੰਡੇ ਤਾਂ ਮਿੱਠੇ ਹੋਣਗੇ ਪਰ ਵੀਰੋ ਅਜ ਕੌੜੀ ਸੀ ਬਹੁਤ ਕੌੜੀ ਮੰਜੀ ਦੀ ਪਵਾਂਦੀ ਵੱਲ ਬੈਠਿਆ ਉਹਦੀ ਰਾਤ ਲੰਘ ਗਈ ਕਈ ਵਾਰ ਉਹਨੇ ਗੜ੍ਹ ਦੇ ਵਿੱਚੋਂ ਪਾਣੀ ਲੈ ਕੇ ਚੂੜੀਆਂ ਕੀਤੀਆਂ ਪਰ ਉਹਨੂੰ ਸਾਰੀ ਰਾਤ ਇੰਜ ਜਾਪਦਾ ਰਿਹਾ ਜਿਵੇਂ ਕੋਈ ਉਹਦੇ ਸੰਗ ਵਿੱਚ ਕੌੜਾ ਅੱਕ ਕੋਲਦਾ ਪਿਆ ਸੀ ਤੇ ਉਹਨੂੰ ਜਾਪਿਆ ਉਹਦੇ ਮਨ ਨੇ ਜਿਹੜਾ ਇੱਕ دیਵਾ ਵਾਲਿਆ ਸੀ ਅੱਜ ਮਰਿਆਦਾ ਦੇ ਹੌਕੇ ਨਾਲ ਉਸ ਦੀਵੇ ਦੀ ਲੋ ਕੰਬਦੀ ਪਈ ਸੀ ਦਿਹਾੜੀਆਂ ਲੰਘ ਗਈਆਂ ਪਰ ਵੀਰੋ ਗੁਰਦੁਆਰੇ ਨਾ ਆਈ ਮਸਿਆ ਆ ਗਈ ਸੰਗਰਾਹ ਆ ਗਈ ਪਰ ਵੀਰੋ ਨਾ ਆਈ ਤੇ ਬਾਲਕਾ ਭਾਈ ਸੋਚਦਾ ਵੀਰੋ ਇੱਕ ਵਾਰ ਆ ਜਾਏ ਬਸ ਇੱਕ ਵਾਰ ਆ ਜਾਏ ਉਸ ਦਿਨ ਉਹ ਆਪਣੇ ਦੋਹਾਂ ਹੱਥਾਂ ਵਿੱਚ ਵੀਰੋ ਦੇ ਦੋਵੇਂ ਹੱਥ ਫੜ ਕੇ ਰੱਬ ਅੱਗੇ ਅਰਦਾਸ ਕਰੇਗਾ ਚੌਹ ਹੱਥਾਂ ਦੇ ਨਾਲ ਅਰਦਾਸ ਕਰੇਗਾ ਕਿ ਹੈ ਸੱਚੇ ਪਾਸ਼ਾ ਤੂੰ ਆਪ ਜਾਣੇ ਜਾਣੇ ਘਟ ਘਟ ਦਾ ਜਾਨਣਹਾਰ ਅਸੀਂ ਪੰਜ ਤਤ ਦੇ ਜੀਵ ਸਾਡੀਆਂ ਭੁੱਲਾਂ ਬਖਸ਼ ਦੇ ਕੋਈ ਰਾਹ ਕੱਢ ਦੇ ਸਾਡਾ ਜੋੜ ਮਿਲਾ ਦੇ ਕਦੇ ਕਦੇ ਜਦੋਂ ਬਾਲਕੇ ਭਾਈ ਨੂੰ ਉਹਦੇ ਪਿਓ ਦੀ ਚਿੱਠੀ ਆਉਂਦੀ ਸੀ ਉਹਦੇ ਵਿੱਚ ਸੁੱਖ ਸਾਧ ਪੁੱਛਣ ਤੋਂ ਬਾਅਦ ਹਰ ਇੱਕ ਨਸੀਅਤ ਲਿਖੀ ਹੁੰਦੀ ਸੀ ਕਿ ਉਹ ਥੋੜਾ ਖਾਏ ਥੋੜਾ ਸੋਵੇ ਤੇ ਮਰਿਆਦਾ ਦੇ ਉਜਲੇ ਮੱਥੇ ਉੱਤੇ ਕਦੇ ਕੋਈ ਕਾਲਖ ਨਾ ਲੱਗਣ ਦੇਵੇ ਬਾਲਕੇ ਭਾਈ ਨੂੰ ਆਪਣੇ ਪਿਓ ਤੇ ਬੜੀ ਸ਼ਰਧਾ ਸੀ। ਉਹਦੀ ਕਹਿਣੀ ਦੀ ਉਹ ਬੜੀ ਕਦਰ ਕਰਦਾ ਸੀ। ਪਰ ਉਹ ਜਿਉਂ-ਜਿਉਂ ਵੀਰੋ ਦੇ ਪਿਆਰ ਨੂੰ ਫਰੋੜਦਾ ਉਹਦਾ ਰੰਗ ਉਹਨੂੰ ਸੁੱਚਾ ਲਾਲ ਦਿਸਦਾ। ਕਾਲਖ ਕਿਤੇ ਲੱਭਿਆ ਨਾ ਲੱਭਦੀ। ਤੇ ਬਾਲਕੇ ਭਾਈ ਨੂੰ ਚਾਪਣ ਲੱਗ ਪਿਆ ਕਿ ਇੱਕ ਸੰਗਰਾਦ ਵਾਲੀ ਰਾਤ ਉਹਦੇ ਮਨ ਨੇ ਜਿਹੜਾ دیਵਾ ਵਾਲਿਆ ਸੀ ਉਹ دیਵਾ ਹੁਣ ਲਟ-ਲਟ ਬਲਣ ਲੱਗ ਪਿਆ ਸੀ। ਤੇ ਫੇਰ ਇੱਕ ਦਿਨ ਵੀਰੋ ਆ ਗਏ। ਉਹੀ ਰਾਤ ਦਾ ਵੇਲਾ ਸੀ ਉਸੇ ਤਰ੍ਹਾਂ ਉਹਨੇ ਵਾਰੀ ਖੜਕਾਈ ਉਸੇ ਤਰ੍ਹਾਂ ਬਾਲਕੇ ਭਾਈ ਨੇ ਬੂਹੇ ਦੀ ਕੁੰਡੀ ਖੋਲੀ ਪਰ ਅੱਜ ਵੀਰੋ ਦੇ ਹੱਥ ਵਿੱਚ ਮਰੁੰਡੇ ਨਹੀਂ ਸਨ ਅੱਜ ਉਹ ਆਪ ਮਰੁੰਡਾ ਹੋਈ ਪਈ ਸੀ ਬਾਲਕੇ ਭਾਈ ਨੇ ਆਪਣੀ ਸਾਰੀ ਉਡੀਕ ਵੀਰੋ ਦੇ ਪੈਰਾਂ ਅੱਗੇ ਵਛਾ ਦਿੱਤੀ ਤੇ ਉਹਦੀ ਬਾਹ ਨੂੰ ਆਪਣੀ ਬਾਹ ਦਾ ਆਸਰਾ ਦੇਂਦਾ ਆਖਣ ਲੱਗਾ ਵੀਰੋ ਅੱਜ ਅਸੀਂ ਰੱਬ ਅੱਗੇ ਅਰਦਾਸ ਕਰਾਂਗੇ ਕਿ ਵੀਰੋ ਨੇ ਗੱਲ ਟੁਕ ਲਈ ਮੈਂ ਵੀ ਅੱਜ ਐਸੇ ਵਾਸਤੇ ਆਈ ਆਂ ਬਸ ਫੇਰ ਕਦੇ ਨਹੀਂ ਆਵਾਂਗੀ ਅੱਜ ਮੈਂ ਰੱਬ ਅਗੇ ਅਰਦਾਸ ਕਰਾਂਗੀ ਤੂੰ ਵੀ ਮੇਰੇ ਲਈ ਅਰਦਾਸ ਕਰੀ ਤੇ ਵੀਰੋ ਨੇ ਆਪਣੇ ਮੂੰਹ ਤੋਂ ਹੰਝੂਆਂ ਦੀ ਧਾਰ ਪੁੰਚ ਕੇ ਆਖਿਆ ਰੱਬ ਬੜਾ ਬਖਸ਼ਣਹਾਰ ਹੈ ਉਹ ਮੈਨੂੰ ਬਖਸ਼ ਦੇਵੇਗਾ ਉਹ ਮੇਰੀ ਮੰਗ ਪੂਰੀ ਕਰੇਗਾ ਤੂੰ ਕੀ ਮੰਗਣਾ ਹੈ ਵੀਰੋ ਐਵੀ ਕੋਈ ਪੁੱਛਣ ਵਾਲੀ ਗੱਲ ਹੈ ਮੈਂ ਹੋਰ ਕੀ ਮੰਗਣਾ ਹੈ ਇਹੋ ਕਿ ਮੈਂ ਤੈਨੂੰ ਭੁੱਲ ਜਾਵਾਂ ਕੀ ਪਿਆਖ ਨਹੀਂ ਹੈ ਵੀਰੋ ਹੁਣ ਮੈਂ ਉੱਥੇ ਜਾਣਾ ਹੈ ਜਿੱਥੇ ਮੇਰੇ ਮਾਪਿਆਂ ਨੇ ਮੇਰਾ ਸੰਜੋਗ ਮੇਲਿਆ ਹੈ ਇਸ ਲਈ ਮੈਂ ਅੱਜ ਰੱਬ ਕੋਲੋਂ ਮੰਗਣ ਆਈਆਂ ਕਿ ਹੇ ਰੱਬਾ ਤੈਨੂੰ ਮੇਰੇ ਦਿਲ ਵਿੱਚੋਂ ਕੱਢ ਦੇ ਵੀਰੋ ਇੱਕ ਗੱਲ ਆਖ ਆਖ ਇਹਦੀ ਥਾਂ ਮੈਂ ਇਹ ਅਰਦਾਸ ਨਹੀਂ ਹੋ ਸਕਦੀ ਕਿ ਰੱਬ ਸਾਡਾ ਜੋੜ ਮਿਲਾ ਦੇਵੇ ਨਹੀਂ ਇਹ ਅਰਦਾਸ ਨਹੀਂ ਹੋ ਸਕਦੀ ਪਰ ਹੋ ਵੀ ਸਕਦੀ ਹੈ ਜੇ ਤੂੰ ਆਖੇ ਜੇ ਹੋ ਸਕਦੀ ਹੈ ਤਾਂ ਚੱਲ ਇਹੋ ਅਰਦਾਸ ਕਰੀਏ ਚੱਲ ਪਰ ਪਹਿਲਾਂ ਇੱਕ ਗੱਲ ਸੁਣ ਲੈ ਮੇਰੀ ਮੈਂ ਜੱਟਾਂ ਦੀ ਧੀ ਆ ਮੇਰੇ ਮਾਪਿਆਂ ਨੇ ਸਿੱਧੇ ਹੱਥੀ ਮੈਨੂੰ ਤੇਰੇ ਨਾਲ ਨਹੀਂ ਤੋੜਨਾ ਉਹਨਾਂ ਨੇ ਕਿਤੇ ਜੱਟਾਂ ਦੇ ਘਰ ਹੀ ਮੇਰਾ ਸਾਥ ਮਿਲਿਆ ਏ ਫੇਰ ਜਾਂ ਤਾਂ ਮਿਰਜ਼ੇ ਵਾਂਗੂ ਮੈਨੂੰ ਅੱਜ ਰਾਤੀ ਕੱਢ ਕੇ ਲੈ ਚੱਲ ਪਰ ਚੰਗੀ ਮੰਦੀ ਦੀ ਮੈਂ ਜ਼ਿਮੇਵਾਰ ਨਹੀਂ ਤੇ ਜੇ ਤੈਨੂੰ ਮੌਤ ਤੋਂ ਡਰ ਲੱਗਦਾ ਏ ਮੌਤ ਤੋਂ ਮੈਂ ਨਹੀਂ ਡਰਦਾ ਵੀਰੋ ਪਰ ਫਿਰ ਪਰ ਕੀ ਸਾਡੀ ਮਰਿਆਦਾ ਤੇ ਮੱਥੇ ਉੱਤੇ ਕਾਲਖ ਲੱਗ ਜਾਏਗੀ ਮੈਂ ਇਸ ਪਦਵੀ ਉੱਤੇ ਹੋ ਕੇ ਪਿੰਡ ਦੀ ਅਖਧੀ ਨੂੰ ਮੈਂ ਤਾਈਆਂ ਤੋਂ ਆਖਿਆ ਸੀ ਕਿ ਇਹ ਅਰਦਾਸ ਨਹੀਂ ਹੋ ਸਕਦੀ ਚਲ ਉਠ ਮਹਾਰਾਜ ਵਾਲਾ ਕਮਰਾ ਖੋਲ ਬਾਲਕੇ ਭਾਈ ਨੇ ਗੁਰੂ ਮਹਾਰਾਜ ਵਾਲਾ ਕਮਰਾ ਖੋਲ ਕੇ ਆਪਣੇ ਕੰਬ ਦੇ ਕੰਬ ਦੇ ਹੱਥ ਜੋੜੇ ਤੇ ਵੀਰੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖਲੋ ਕੇ ਅਰਦਾਸ ਕਰਨ ਲੱਗ ਪਏ ਕਿੰਨੇ ਚਿਰ ਪਿਛੋਂ ਜਦੋਂ ਵੀਰੋ ਨੇ ਅੱਖਾਂ ਖੋਲੀਆਂ ਆਪਣੀਆਂ ਦੋਵੇਂ ਤਲੀਆਂ ਅੱਡ ਕੇ ਬਾਲਕੇ ਭਾਈ ਵੱਲ ਇੰਜ ਵੇਖਿਆ ਜਿਵੇਂ ਉਹ ਪ੍ਰਸ਼ਾਦ ਮੰਗਦੀ ਹੋਵੇ ਤੇ ਬਾਲਕੇ ਭਾਈ ਨੇ ਆਪਣੇ ਦਿਲ ਦਾ ਸਾਰਾ ਚੈਨ ਵੀਰੋ ਦੇ ਬੋਕ ਵਿੱਚ ਪਾ ਦਿੱਤਾ ਵੀਰੋ ਨੇ ਬਾਹਰ ਨਿਕਲ ਕੇ ਗੁਰਦੁਆਰੇ ਦਾ ਬੂਹਾ ਢੋ ਦਿੱਤਾ ਤੇ ਬਾਲਕਾ ਭਾਈ ਅੰਦਰ ਹਨੇਰੇ ਵਿੱਚ ਮਨ ਦੇ ਉਸ ਦੀਵੇ ਕੋਲ ਖਲੋਤਾ ਰਿਹਾ ਜਿਹਨੂੰ ਮਰਿਆਦਾ ਦੀ ਫੂਕ ਨੇ ਹਮੇਸ਼ਾ ਲਈ ਬੁਝਾ ਦਿੱਤਾ ਸੀ